ਸੇਲ ਘਰ ਵਿੱਚ ਕਸਰਤ ਦਾ ਪ੍ਰੋਗਰਾਮ ਪਦਰ ਇੱਕ। ਇਹ ਸਾਰੀਆਂ ਕਸਰਤਾਂ ਦੌਰਾਨ ਸਿੱਧੇ ਬੈਠੋ। ਜੇ ਬਾਹਾਂ ਰੱਖਣ ਵਾਲੀ ਮਜ਼ਬੂਤ ਕੁਰਸੀ ਹੋਵੇ ਤਾਂ ਬਿਹਤਰ ਹੈ। ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਹਿਦਾਇਤਾਂ। ਕੀ ਤੁਸੀਂ ਅੱਜ ਅੱਛਾ ਮਹਿਸੂਸ ਕਰ ਰਹੇ ਹੋ? ਤੁਸੀਂ ਅੱਜ ਸਹੀ ਮਾਤਰਾ ਵਿੱਚ ਖਾਣਾ ਖਾਇਆ ਹੈ? ਕਿਆ ਤੁਸੀਂ ਨੌਨ ਸਲਿਪ ਸ਼ੂਜ਼ ਪਾਏ ਹੋਏ ਹੈ? ਕੀ ਕਸਰਤ ਵਾਲੀ ਥਾਂ ਫਸ ਕੇ ਗਿਰਨ ਵਾਲੀ ਚੀਜ਼ਾਂ ਤੋਂ ਖਾਲੀ ਹੈ? ਕੀ ਕਸਰਤ ਵਾਲਾ ਪਰਚਾ ਤੁਹਾਡੇ ਕੋਲ ਹੈ? ਸਿਰਫ ਉਹੀ ਕਸਰਤਾਂ ਕਰੋ ਜਿਹੜੀਆਂ ਤੁਹਾਨੂੰ ਸੁਰੱਖਿਅਤ ਅਤੇ ਆਸਾਨ ਲੱਗਣ ਅਤੇ ਆਰਾਮ ਨਾਲ ਕਰ ਸਕੋ। ਸਾਰੀਆਂ ਕਸਰਤਾਂ ਦੌਰਾਨ ਸਿੱਧੇ ਬੈਠੋ, ਆਪਣਾ ਸਾਹ ਨਾ ਰੋਕੋ, ਆਰਾਮ ਨਾਲ ਸਾਹ ਲਓ। ਸਰੀਰ ਨੂੰ ਇੱਕ ਮੁਦਰਾ ਵਿੱਚ ਰੋਕਣ ਦਾ ਮਤਲਬ ਹੈ 3 ਸੈਕਿੰਡ ਤੱਕ ਰੋਕਣਾ। ਗਿਣਤੀ ਕਰੋ 1001, 1002, 1003। ਸ਼ੁਰੂ ਵਿੱਚ ਤਾਂ ਉਹੀ ਕਸਰਤਾਂ ਕਰੋ ਜੋ ਸੌਖੀ ਅਤੇ ਦਿਨ ਵਿੱਚ ਕਈ ਵਾਰੀ ਕਰ ਸਕੋ। ਹੌਲੀ ਹੌਲੀ ਬਾਕੀ ਕਸਰਤਾਂ ਵੀ ਸ਼ਾਮਿਲ ਕਰੋ ਅਤੇ ਹਰ ਕਸਰਤ ਨੂੰ ਜ਼ਿਆਦਾ ਵਾਰੀ ਕਰੋ। ਜੇ ਇਹਨਾਂ ਵਿੱਚੋਂ ਕੋਈ ਵੀ ਕਸਰਤ ਦੌਰਾਨ ਤੁਹਾਨੂੰ ਸਾਹ ਚੜ੍ਹੇ ਜਾਂ ਦਰਦ ਮਹਿਸੂਸ ਹੋਵੇ ਤਾਂ ਆਰਾਮ ਕਰੋ, ਦੂਜੇ ਦਿਨ ਘੱਟ ਕਰੋ। ਆਪਣੇ ਡਾਕਟਰ ਜਾਂ ਕਿਸੇ ਸਪੈਸ਼ਲਿਸਟ ਨਾਲ ਗੱਲ ਕਰੋ।